ਓਮ ਸ਼ਾਂਤੀ ਅੱਜ ਸੰਨ 182022 ਦੇ ਸਾਕਾਰ ਬਾਪਤਾਦਾ ਜੀ ਦੇ ਮਹਾਵਾਕ ਅੱਜ ਬਾਪਤਾਦਾ ਜੀ ਨੇ ਕਿਹਾ ਮਿੱਠੇ ਬੱਚੇ ਬਾਪ ਜਿਹੜੀ ਗਿਆਨ ਦੀ ਮਿੱਠੀ-ਮਿੱਠੀ ਗੱਲਾਂ ਸੁਣਾਉਂਦੇ ਸਨ ਉਹ ਤਾਰਣ ਕਰਨੀਆਂ ਸਨ ਨਾਲ ਬਹੁਤ ਮਿੱਠਾ ਅਤੇ ਖੀਰਖੰਡ ਹੋ ਕੇ ਬਣ ਕੇ ਰਹਿਣਾ ਏ ਕਦੇ ਵੀ ਆਪਸ ਵਿੱਚ ਨੂਨ ਪਾਣੀ ਨਹੀਂ ਹੋਣਾ ਅੱਜ ਦਾ ਪ੍ਰਸ਼ਨ ਹੈਗਾ ਕਿਹੜਾ ਮਹਾ ਮੰਤਰ ਨਾਲ ਤੁਸੀਂ ਬੱਚਿਆਂ ਨੂੰ ਨਵੀਂ ਰਾਜਾਣੀ ਦਾ ਤਿਲਕ ਮਿਲ ਜਾਂਦਾ ਹੈ ਉੱਤਰ ਹੈਗਾ ਬਾਪ ਇਸ ਸਮਾਂ ਬੱਚਿਆਂ ਨੂੰ ਮਹਾ ਮੰਤਰ ਦਿੰਦੇ ਸਨ ਮਿੱਠੇ ਲਾਡਲੇ ਬੱਚੇ ਬਾਪ ਅਤੇ ਵਰਸੇ ਨੂੰ ਯਾਦ ਕਰੋ ਕਰਕਰਸਤ ਵਿੱਚ ਰਹਿਣਿਆ ਕਮਲ ਫੁੱਲ ਸਮਾਨ ਰੋ ਤਾਂ ਰਾਜਦਾਨੀ ਦਾ ਤਿਲਕ ਤੁਹਾਨੂੰ ਮਿਲ ਜਾਵੇਗਾ। ਦੂਜਾ ਪ੍ਰਸ਼ਨ ਹੈਗਾ ਅੱਜ ਦੀ ਮੁਰਲੀ ਵਿੱਚ ਆਖਿਆ ਜਾਂਦਾ ਹੈ ਜਿਹੋ ਜੀ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ। ਇਹ ਕਹਾਵਤ ਕਿਉਂ ਆਖਦੇ ਸਨ? ਉੱਤਰ ਹੈਗਾ ਐਸ ਸਮਾ ਦੇ ਮਨੁੱਖ ਜਿਵੇਂ ਪਤਿਤ ਸਨ ਕਾਲੇ ਸਨ। ਐਵੇਂ ਹੀ ਆਪਣੇ ਪੁੱਜ ਦੇਵਤਾਵਾਂ ਨੂੰ ਲక్ష్ਮੀ ਨਾਰਾਇਣ, ਰਾਮ ਸੀਤਾ ਨੂੰ ਸ਼ਿਬ ਬਾਬਾ ਜੀ ਨੂੰ ਕਾਲਾ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਸਨ ਸਮਝਦੇ ਨਹੀਂ ਸਨ ਐਸ ਦਾ ਅਰਥ ਕੀ ਹੁੰਦਾ ਏ ਐਸ ਲਈ ਇਹੋ ਜੀ ਕਹਾਵਤ ਆਖਦੇ ਸਨ ਅੱਜ ਦੀ ਮੁਰਲੀ ਦਾ ਗੀਤ ਹੈਗਾ ਮੁਖੜਾ ਵੇਖ ਲੈ ਪ੍ਰਾਣੀ ਜਰਾ ਦਰਪਣ ਚ ਓਮ ਸ਼ਾਂਤੀ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਨੇ ਗੀਤ ਦੀ ਲਾਈਨ ਸੁਣੀ ਕਿ ਦਿਲ ਰੂਪੀ ਦਰਪਣ ਵਿੱਚ ਵੇਖਣਾ ਏ ਕਿ ਕਿੰਨਾ ਪਾਪ ਅਤੇ ਕਿੰਨਾ ਪੁੰਨ ਅਸੀਂ ਕਰਦੇ ਹਾਂ ਪਾਪ ਅਤੇ ਪੁੰਨ ਦਿਲ ਰੂਪੀ ਦਰਪਣ ਵਿੱਚ ਵਿਚਾਰ ਕਰਨਾ ਚਾਹੀਦਾ ਏ ਇੱਥੇ ਤਾਂ ਅਸੀਂ ਸਾਰੇ ਹੈਗੇ ਹਾਂ ਪਾਪ ਆਤਮਾਵਾਂ ਦੀ ਦੁਨੀਆ ਵਿੱਚ ਪੁੰਨ ਆਤਮਾਵਾਂ ਦੀ ਦੁਨੀਆ ਸਤਿਯੁਗ ਨੂੰ ਆਖਿਆ ਜਾਂਦਾ ਏ ਇੱਥੇ ਪਾਪ ਆਤਮਾਵਾਂ ਕਿੱਥੋਂ ਆਈਆਂ ਇੱਥੇ ਸਾਰੀਆਂ ਪੁੰਨ ਆਤਮਾਵਾਂ ਪਾਪ ਆਤਮਾਵਾਂ ਸਨ ਫਿਰ ਇੱਥੇ ਪੁੰਨ ਆਤਮਾ ਕੋਈ ਵੀ ਨਹੀਂ ਸਨ ਸਾਰੇ ਹੀ ਪਾਪ ਕਰਦੇ ਰਹਿੰਦੇ ਸਨ ਕਿਉਂਕਿ ਹੈ ਹੀ ਪਾਪ ਆਤਮਾਵਾਂ ਦੀ ਦੁਨੀਆ ਰਾਵਣ ਰਾਜ ਖੁਦ ਆਖਦੇ ਸਨ हे ਪਤਿਤ ਪਾਵਨ ਆਓ ਆ ਕੇ ਸਾਨੂੰ ਪਾਵਨ ਬਣਾਓ ਅਸੀਂ ਜਾਣਦੇ ਹਾਂ ਭਾਰਤੀ ਪੁੰਨ ਆਤਮਾਵਾਂ ਦਾ ਖੰਡ ਸੀ ਹੁਣ ਪਾਪ ਆਤਮਾਵਾਂ ਦਾ ਖੰਡ ਬਣ ਪਈ ਹੈ ਜਦੋਂ ਪੁੰਨ ਆਤਮਾਵਾਂ ਸੀ ਤਾਂ ਕੋਈ ਪਾਪ ਨਹੀਂ ਸੀ ਸ਼ੇਰ ਅਤੇ ਬੱਕਰੀ ਵੀ ਇੱਕ ਘਾਟ ਤੇ ਇਕੱਠੇ ਪਾਣੀ ਪਿੰਦੇ ਸੀ ਆਪਸ ਵਿੱਚ ਮਿਲ ਕੇ ਖੀਰਖੰਡ ਹੋ ਕੇ ਰਹਿੰਦੇ ਸੀ ਬਾਪ ਆਖਦੇ ਸਨ ਬੱਚੇ ਖੀਰਖੰਡ ਹੋ ਕੇ ਰੋ ਪੁੰਨ ਆਤਮਾਵਾਂ ਦੀ ਦੁਨੀਆ ਵਿੱਚ ਤਮੋ ਪ੍ਰધાન ਆਤਮਾਵਾਂ ਨਹੀਂ ਹੁੰਦੀਆਂ ਉੱਥੇ ਤਾਂ ਬਾਪ ਨੇ ਰੋਸ਼ਨੀ ਕੀਤੀ ਹੋਈ ਹੈ ਤੁਸੀਂ ਜਾਣਦੇ ਹੋ ਅਸੀਂ ਸਤੋ ਪ੍ਰਦਾਨ ਦੇਵੀ ਦੇਵਤਾ ਸਣ ਉਹਨਾਂ ਦੀ ਹੀ ਮहिमा ਆਖੀ ਜਾਂਦੀ ਏ ਸਰਵਗੁਣ ਸੰਪਨ ਸੋਲਾ ਕਲਾ ਸੰਪੂਰਨ ਸੰਪੂਰਨ ਨਿਰਵਿਕਾਰੀ ਮਰਿਆਦਾ ਪੁਰਸ਼ੋਤਮ 인ਸਾ ਪਰਮੋਤਰਮ ਹੁਣ ਅਸੀਂ ਆਪ ਹੀ ਉਹਨਾਂ ਦੀ ਮहिमा ਕਰਦੇ ਆ ਮਨੁੱਖ ਆਖਦੇ ਸਣ ਮੁਝ ਨਿਰਗੁਣ ਆਰੇ ਵਿੱਚ ਕੋਈ ਗੁਣ ਨਹੀਂ ਪ੍ਰਭੂ ਆਪ ਹੀ ਆ ਕੇ ਸਾਡੇ ਉੱਤੇ ਤਰਸ ਕਰੋ ਜਦੋਂ ਅਸੀਂ ਤਮੋ ਪ੍ਰਧਾਨ ਬਣਦੇ ਹਾਂ ਤਾਂ ਇਹੋ ਜੀ ਗੱਲਾਂ ਆਖਦੇ ਹਾਂ ਹੁਣ ਆਤਮਾ ਨੇ ਆਖਿਆ ਆਤਮਾ ਸਮਝਦੀ ਹੈ ਇਸ ਸਮਾਂ ਅਸੀਂ ਪਾਪ ਆਤਮਾਵਾਂ ਸਣ ਪੁੰਨ ਆਤਮਾਵਾਂ ਤਾਂ ਦੇਵੀ ਦੇਵਤਾਵਾਂ ਸਣ ਜਿਹੜੇ ਪੁੱਜੇ ਜਾਂਦੇ ਸਨ ਸਾਰੇ ਹੀ ਜਾ ਕੇ ਦੇਵਤਾਵਾਂ ਦੇ ਚਰਨਾਂ ਵਿੱਚ ਝੁਕਦੇ ਸਨ ਸਾਧੂ ਸੰਤ ਆਦੀ ਵੀ ਤੀਰਥਾਂ ਤੇ ਜਾਂਦੇ ਸਨ ਅਮਰਨਾਥ ਸ਼੍ਰੀਨਾਥ ਦਵਾਰੇ ਤੇ ਜਾਂਦੇ ਸਨ ਇੱਥੇ ਹਸਨ ਪਾਪ ਆਤਮਾਵਾਂ ਦੀ ਦੁਨੀਆ ਭਾਰਤੀ ਪੁੰਨ ਆਤਮਾਵਾਂ ਦੀ ਦੁਨੀਆ ਸੀ ਜਦੋਂ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਦਾ ਰਾਜ ਸੀ ਉਹਨਾਂ ਨੂੰ ਆਖਿਆ ਜਾਂਦਾ ਹੈ ਸਵਰਗ ਮਨੁੱਖ ਮਰਦੇ ਨੇ ਤੇ ਆਖਦੇ ਸਨ ਸਵਰਗ ਗਿਆ ਪਰੰਤੂ ਸਵਰਗ ਹੈ ਕਿੱਥੇ ਸਵਰਗ ਜਦੋਂ ਜਾਂਦੇ ਸਨ ਤਾਂ ਸਤਿਯੁਗ ਸਨ ਮਨੁੱਖਾਂ ਨੂੰ ਤਾਂ ਜੋ ਆਂਦਾ ਹੈ ਸੋ ਆਖ ਦਿੰਦੇ ਸਨ ਸਮਝਦੇ ਤਾਂ ਕੁਝ ਵੀ ਨਹੀਂ ਸਵਰਗ ਵਿੱਚ ਗਿਆ ਤਾਂ ਜ਼ਰੂਰ ਨਰਕ ਵਿੱਚ ਹੋਣਗੇ ਨਾ ਸੰਨਿਆਸੀ ਮਰਦੇ ਸਨ ਤਾਂ ਆਖਦੇ ਸਨ ਜੋਤੀ ਜੋਤ ਵਿੱਚ ਸਮਾ ਗਿਆ ਤਾਂ ਫਰਕ ਹੋ ਗਿਆ ਨਾ ਜੋਤੀ ਵਿੱਚ ਸਮਾਇਆ ਮੰਨਿਆ ਇੱਥੇ ਆਣਾ ਹੀ ਨਹੀਂ ਤੁਸੀਂ ਜਾਣਦੇ ਹੋ ਜਦੋਂ ਅਸੀਂ ਆਤਮਾਏ ਇੱਥੇ ਆਨੀ ਹਾਂ ਤਾਂ ਅਸੀਂ ਨਿਰਵਾਣ ਧਾਮ ਘਰ ਤੋਂ ਇੱਥੇ ਆਨੀ ਆ ਫਿਰ ਵੈਕੁੰਠ ਵਿੱਚ ਆ ਕੇ ਅਸੀਂ ਬਾਤ ਵਜਾਂਦੇ ਹਾਂ ਵੈਕੁੰਠ ਨੂੰ ਨਿਰਵਾਣ ਧਾਮ ਨਹੀਂ ਆਖ ਸਕਦੇ ਬੱਚਿਆਂ ਨੂੰ ਬੜੀ ਮਿੱਠੀ ਮਿੱਠੀ ਗਿਆਨ ਦੀਆਂ ਗੱਲਾਂ ਬਾਪ ਆ ਕੇ ਸੁਣਾਉਂਦੇ ਸਨ ਜਿਹੜੇ ਬੜੇ ਚੰਗੀ ਰੀਤੀ ਧਾਰਨ ਕਰਦੇ ਸਨ ਉਹ ਹੀ ਉਹ ਫਿਰ ਸਵਰਗ ਵਿੱਚ ਜਾਣ ਦੇ ਯੋਗ ਵੀ ਬਣਦੇ ਸਨ ਤੁਸੀਂ ਜਾਣਦੇ ਹੋ 바ਬਾ ਹੁਣ ਆਏ ਹੋਏ ਸਨ ਸਾਨੂੰ ਵੈਕੂਟ ਵੈਕੁੰਠ ਦਾ ਰਾਸਤਾ ਦੱਸਣ ਦੇ ਲਈ ਬਾਪ ਆਏ ਸਨ ਰਾਜ ਯੋਗ ਸਿਖਾਉਣ ਵਾਸਤੇ ਪਾਵਨ ਦੁਨੀਆ ਦਾ ਮਾਰਗ ਦੱਸਣ ਵਾਸਤੇ ਗਾਈਡ ਬਣ ਸਾਨੂੰ ਨਾਲ ਲੈ ਜਾਣ ਵਾਸਤੇ ਬਰਾਬਰ ਹੁਣ ਵਿਨਾਸ਼ ਵੀ ਸਾਹਮਣੇ ਖੜਿਆ ਏ ਵਿਨਾਸ਼ ਹੁੰਦਾ ਏ ਪੁਰਾਣੀ ਦੁਨੀਆ ਦਾ ਪੁਰਾਣੀ ਦੁਨੀਆ ਵਿੱਚ ਵੀ ਉਪਦਰਵ ਆਦੀ ਹੁੰਦੇ ਰਹਿੰਦੇ ਨੇ ਤਾਂ ਬਾਬਾ ਕਿੰਨਾ ਮਿੱਠਾ ਏ ਅੰਨਿਆ ਦੀ ਲਾਠੀ ਬਣਨਾਈ ਮਨੁੱਖਤਾ ਕੋ ਰੰਧੇਰੇ ਵਿੱਚ ੱੱਕੇ ਖਾਂਦੇ ਰਹਿੰਦੇ ਸਨ ਗਾਇਆ ਵੀ ਜਾਂਦਾ ਏ ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ ਬ੍ਰਹਮਾ ਤੇ ਐਥੇ ਹੈ ਨਹੀਂ ਬਾਪਾਂਦੇ ਹੀ ਸਣ ਰਾਤ ਨੂੰ ਦਿਨ ਬਣਾਉਣ ਦੇ ਲਈ ਅੱਧਾ ਕਲਪ ਸਣ ਰਾਤ ਅੱਜ ਕੱਲ੍ਹ ਸਣ ਦਿਨ ਹੁਣ ਤੁਹਾਨੂੰ ਪਤਾ ਪਿਆ ਏ ਉਹ ਤਾਂ ਸਮਝਦੇ ਸਣ ਕਲਯੁਗ ਅਜੁਣ ਹਜ਼ਾਰ ਬੱਚਾ ਹੈਗਾ ਕਦੇ ਕਦੇ ਆਖਦੇ ਸਣ ਇਸ ਦੁਨੀਆ ਦਾ ਵਿਨਾਸ਼ ਹੋਣਾ ਏ ਪਰੰਤੂ ਸਮਝਦੇ ਤਾਂ ਕੁਝ ਵੀ ਨਹੀਂ ਅੱਜ ਕੱਲ੍ਹ ਤਾਂ ਮੁਸ਼ਕਲੀ ਕੋਈ ਘਰਬਾਰ ਛੱਡਦੇ ਸਣ ਕੋਈ ਕਾਰਨ ਹੋ ਗਿਆ ਤਾਂ ਘਰ ਤੋਂ ਛੱਡ ਕੇ ਸੰਨਿਆਸੀ ਬਣ ਜਾਂਦੇ ਸਣ ਵਿੱਚੇ ਗਵਰਨਮੈਂਟ ਨੇ ਵੀ ਆਰਡੀਨੈਂਸ ਕੱਢ ਦਿੱਤਾ ਸੀ ਕਿ ਸੰਨਿਆਸੀਆਂ ਦੇ ਕੋਲ ਵੀ ਲਾਇਸੈਂਸ ਹੋਣਾ ਚਾਹੀਦਾ ਏ ਐਵੇਂ ਥੋੜੇ ਹੀ ਜਿਹੜੇ ਘਰ ਤੋਂ ਰੁੱਠੇ ਉਹ ਜਾ ਕੇ ਸੰਨਿਆਸੀ ਬਣ ਜਾਣ ਮੁਫਤ ਵਿੱਚ ਬਹੁਤ ਮਾਲ ਮਿਲ ਜਾਂਦੇ ਸਨ ਉਹੋ ਸਨ ਹੱਦ ਦਾ ਸੰਨਿਆਸ ਤੁਹਾਡਾ ਇਹ ਬੇਹੱਦ ਦਾ ਸੰਨਿਆਸ ਇਸ ਸਮਾ ਸਾਰੀ ਦੁਨੀਆ ਪਤਿਤ ਸਨ ਸਭ ਨੂੰ ਫਿਰ ਪਾਵਨ ਬੰਣਾ ਹੀ ਇੱਕ ਪਤਿਤ ਪਾਵਨ ਬਾਪ ਦਾ ਹੀ ਕੰਮ ਹੈ ਸਭ ਨੂੰ ਆ ਕੇ ਪਾਵਨ ਬਣਾਣਾ ਸਤਿਯੁਗ ਵਿੱਚ ਪਵਿੱਤਰ ਕਰਾਸਤਾਸ਼ਰਮ ਸੀ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਦਾ ਰਾਜ ਸੀ ਐਸ ਰਾਜ ਨੂੰ 5000 ਵਰੇ ਹੋ ਗਏ ਨੇ 5000 ਵਰਿਆਂ ਪਹਿਲੇ ਭਾਰਤ ਸਵਰਗ ਸੀ ਹੁਣ ਕਲਯੁਗ ਬਣ ਪਿਆ ਏ ਵਿਨਾਸ਼ ਸਾਹਮਣੇ ਖੜਿਆ ਏ ਸਾਰਿਆਂ ਨੂੰ ਵਾਪਸ ਘਰ ਜਾਣਾ ਏ ਬਾਪ ਹੀ ਸਭ ਨੂੰ ਲੈ ਜਾਂਦੇ ਸਨ ਬ੍ਰਹਮਾ ਦੁਆਰਾ ਤੁਸੀਂ ਹੁਣ ਬ੍ਰਾਹਮਣ ਬਣੇ ਹੋ ਫਿਰ ਤੁਸੀਂ ਦੇਵਤਾ ਪਾਲਣਾ ਕਰੋਗੇ ਇਹ ਗੱਲਾਂ ਤੁਹਾਨੂੰ ਕੋਈ ਭਗਵਤ ਗੀਤਾ ਵਿੱਚ ਨਹੀਂ ਮਿਲਣਗੀਆਂ ਇਹ ਗੱਲਾਂ ਸਾਰੀਆਂ ਸ਼੍ਰੀ ਬਾਬਾ ਬ੍ਰਹਮਾ ਦੁਆਰਾ ਤੁਹਾਨੂੰ ਬ੍ਰਹਮਣਾ ਨੂੰ ਹੀ ਸੁਣਾਉਂਦੇ ਸਨ ਫਿਰ ਤੁਸੀਂ ਦੇਵਤਾ ਬਣਦੇ ਹੋ ਬਾਪ ਆਖਦੇ ਸਨ ਇਹ ਨੋਲਿਜ ਗੁੰਮ ਹੋ ਜਾਂਦੀ ਹੈ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਨੂੰ ਤਿਰਤਾ ਤਿਰਕਾਲ ਦਰਸ਼ੀ ਨਹੀਂ ਆਖਾਂਗੇ ਐ ਤਾਂ ਗਿਆਨ ਦੀ ਪਰੰਪਰਾ ਕਿਵੇਂ ਚੱਲਦੀ ਹੈ ਉਹ ਵੀ ਤੁਸੀਂ ਹੀ ਜਾਣਦੇ ਹੋ ਤੁਸੀਂ ਹੀ ਇਸ ਸਮਾਂ ਤਿਰਕਾਲ ਦਰਸ਼ੀ ਹੋ ਸਭ ਤੋਂ ਚੰਗੀ ਸੇਵਾ ਇਸ ਸਮਾਂ ਤੁਸੀਂ ਹੀ ਕਰਦੇ ਹੋ ਤਾਂ ਤੁਸੀਂ ਹੋ ਗਏ ਸੱਚੇ ਸੱਚੇ ਸੋਸ਼ਲ ਵਰਕਰ ਹੁਣ ਤੁਸੀਂ ਆਤਮ ਅਭਿਮਾਨ ਨਹੀਂ ਬਣਦੇ ਹੋ ਆਤਮਾ ਵਿੱਚ ਜਿਹੜੀ ਖਾਦ ਪੈ ਗਈ ਏ ਉਹ ਕੱਢਣੀ ਹੈਗੀ ਨਿਕਲੇਗੀ ਉਹ ਯੋਗ ਨਾਲ ਯੋਗ ਦਾ ਜੋਰ ਵੀ ਹੋਣਾ ਚਾਹੀਦਾ ਏ ਸੋਨੇ ਵਿੱਚ ਜਦੋਂ ਲੋਹੇ ਦੀ ਖਾਦ ਪੈ ਜਾਂਦੀ ਏ ਤੇ ਆਤਮਾ ਪਤਿਤ ਹੋ ਜਾਂਦੀ ਏ ਹੁਣ ਪਾਵਨ ਕਿਵੇਂ ਬਣੇ ਬਾਪ ਆਖਦੇ ਸਨ हे ਆਤਮਾ ਮਾਮੇ ਕਮ ਯਾਦ ਕਰੋ ਪਤਿਤ ਪਾਵਨ ਬਾਪ ਸ਼੍ਰੀਮਤ ਦਿੰਦੇ ਸਨ ਭਗਵਾਨ ਨੂੰ ਬਾਚ हे आत्मावां ਤੁਹਾਡੀ ਆਤਮਾ ਵਿੱਚ ਜਿਹੜੀ ਖਾਦ ਪਈ ਹੋਈ ਏ ਪਤਿਤਪਣੇ ਦੀ ਉਸ ਨੂੰ ਕੱਢ ਦਿਓ ਪਤਿਤ ਫਿਰ ਮਹਾਤਮਾ ਥੋੜੇ ਹੀ ਹੋ ਸਕਦੇ ਸਨ ਇੱਕ ਹੀ ਉਪਾਏ ਹੈਗਾ ਮਾਮੇ ਕਮ ਯਾਦ ਕਰਨ ਦਾ ਇਸ ਯੋਗ ਅਗਨੀ ਨਾਲ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ ਕਿੰਨੇ ਆਸ਼ਰਮ ਸਨ ਅਨੇਕ ਪ੍ਰਕਾਰ ਦੇ ਹઠ ਯੋਗ ਸਿਖਾਉਂਦੇ ਸਨ ਇਹ ਹਨ ਯੋਗ अथवा ਯੋਗ ਦੀ ਪੱਠੀ ਪਲ ਤੁਸੀਂ ਕਰਸਤ ਵਿਵਹਾਰ ਵਿੱਚ ਰਹੋ ਉਹ ਜਣਾ ਦੀ ਵੀ ਬਣਾਓ ਬੱਚਿਆਂ ਦਾ ਵੀ ਖਿਆਲ ਰੱਖੋ ਚੰਗਾ ਤਾਂ ਸਵੇਰੇ ਦਾ ਟਾਈਮ ਬੜਾ ਚੰਗਾ ਹੈਗਾ ਉਸ ਟਾਈਮ ਯਾਦ ਕਰੋ RAM ਸਿਮਰ ਪ੍ਰਭਾਤ ਮੋਰੇ ਮਨ ਆਖਦੇ ਸਨ ਆਤਮਾ ਵਿੱਚ ਬੁੱਧੀ ਸਨ ਭਗਤੀ ਵੀ ਸਵੇਰੇ ਕਰਦੇ ਸਨ ਤੁਸੀਂ ਵੀ ਸਵੇਰੇ ਉੱਠ ਕੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ ਸਾਰਾ ਕਿਚੜ ਕੱਢ ਆਤਮਾ ਕੰਚਨ ਬਣ ਜਾਵੇਗੀ ਫਿਰ ਕਾਇਆ ਵੀ ਕੰਚਨ ਮਿਲੇਗੀ ਹੁਣ ਤੁਹਾਨੂੰ ਤੁਹਾਡੀ ਆਤਮਾ ਜਿਹੜੀ 2 ਕੈਰਟ ਵੀ ਨਹੀਂ ਹੈਗੀ ਭਾਰਤ ਦੇ ਦੇਵੀ ਦੇਵਤਾਵਾਂ ਨੂੰ 84 ਜਨਮਾਂ ਦਾ ਹਿਸਾਬ ਪੂਰਾ ਹੀ ਪਤਾ ਹੋਣਾ ਚਾਹੀਦਾ ਹੈ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਰਿਪੀਟ ਹੋ ਰਹੀ ਹੈ ਪਰੰਤੂ ਆਯੂ ਕਿੰਨੀ ਹੈਗੀ ਇਹ ਕੋਈ ਵੀ ਜਾਣਦੇ ਨਹੀਂ ਕਲਪ ਦੀ ਆਯੂ ਨੂੰ ਹੀ ਨਹੀਂ ਜਾਣਦੇ ਤਾਂ ਔਰ ਕੀ ਜਾਣਣਗੇ ਬਾਪ ਆਖਦੇ ਸਣ ਮੈਂ ਆਇਆ ਹਾਂ ਸ਼੍ਰੀਮਤ ਦੇਣ ਦੇ ਲਈ ਤੁਸ ਰੇਸ਼ਟ ਬਣਾਉਣ ਦੇ ਲਈ ਯਾਦ ਦੀ ਅਗਨੀ ਨਾਲ ਹੀ ਖਾਦ ਨਿਕਲੇਗੀ ਔਰ ਕੋਈ ਉਪਾਏ ਨਹੀਂ ਹੈਗਾ ਬੱਚਿਆਂ ਨੂੰ ਬਹੁਤ ਬਹਾਦਰ ਬੰਨਾ ਹੈ ਡਰਨਾ ਨਹੀਂ ਜਿਨ੍ਹਾਂ ਦਾ ਰક્ષਕ ਆਪੇ ਆਪ ભગવાન ਹੈਗਾ ਉਹ ਬੈਠਾ ਹੈਗਾ ਤੋਂ ਉਹਨਾਂ ਨੂੰ ਕਿਸ ਤੋਂ ਵੀ ਡਰਨ ਦੀ ਕੋਈ ਗੱਲ ਨਹੀਂ ਤੁਹਾਨੂੰ ਕਦੇ ਕੋਈ ਸ਼ਰਾਪ ਆਦੀ ਨਹੀਂ ਦੇ ਸਕਦੇ ਕੁਝ ਵੀ ਨਹੀਂ ਕਰ ਸਕਦੇ ਐਸ ਲਈ ਤੁਸੀਂ ਕਦੇ ਕਿਸੇ ਤੋਂ ਡਰਨਾ ਨਹੀਂ ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰੇ ਕੋਈ ਵੀ ਕੰਮ ਪਿਆਰ ਨਾਲ ਹੀ ਕਰਨਾ ਹੈਗਾ ਕਦੇ ਕਿਸੇ ਗੱਲ ਤੇ ਗੁੱਸਾ ਨਹੀਂ ਕਰਨਾ ਬਾਪ ਜੀ ਦੀ ਯਾਦ ਨਾਲ ਸਦਾ ਹਰਸ਼ਿਤ ਰਹਿਣਾ ਹੈ ਸਦਾ ਦੇਵਤਾਵਾਂ ਜਿਹਾ ਮੁਸਕੁਰਾਂਦੇ ਰਹਿਣਾ ਹੈ ਆਤਮਾ ਵਿੱਚ ਜਿਹੜੀ ਖਾਦ ਪਈ ਹੋਈ ਏ ਉਹ ਯੋਗ ਅਗਨ ਨਾਲ ਕੱਢਣੀ ਏ ਵਿਕਰਮ ਵਿਨਾਸ਼ ਕਰਨੇ ਨੇ ਬਾ ਦਰਬਨ ਸੇਵਾ ਕਰਨੀ ਏ ਕਦੇ ਕਿਸੇ ਤੋਂ ਡਰਨਾ ਨਹੀਂ ਅੱਜ ਦਾ ਵਰਦਾਨ ਹੈਗਾ ਸਾਰੀ ਕਰਮਿੰਦਰੀਆਂ ਨੂੰ ਲਾ ਅਤੇ ਆਡਰ ਪਰਮਾਨ ਚਲਾਣ ਵਾਲੇ ਮਾਸਟਰ ਸਰਵਸ਼ਕਤੀਵਾਣ ਪਵ ਸਾਰੀ ਕਰਮਿੰਦਰੀਆਂ ਨੂੰ ਲਾ ਅਤੇ ਆਡਰ ਨਾਲ ਚਲਾਣ ਵਾਲੇ ਮਾਸਟਰ ਸਰਵਸ਼ਕਤੀਵਾਣ ਪਵ ਮਾਸਟਰ ਸਰਵਸ਼ਕਤੀਵਾਣ ਰਾਜਯੋਗੀ ਉਹ ਹੋ ਸੰ ਜਿਹੜੇ ਰਾਜਾ ਬਣ ਕੇ ਆਪਣੀ ਕਰਮਿੰਦਰੀਆਂ ਰੂਪੀ ਪ੍ਰਜਾ ਨੂੰ ਲਾ ਅਤੇ ਆਡਰ ਪਰਮਾਨ ਚਲਾਉਂਦੇ ਸੰ ਜਿਵੇਂ ਰਾਜਾ ਰਾਜ ਦਰਬਾਰ ਲਗਾਉਂਦੇ ਸਨ ਓਵੇਂ ਆਪ ਜੀ ਆਤਮਾ ਵਾਂ ਆਪਣੇ ਆਪਣੇ ਰਾਜ ਕਾਰੋਬਾਰ ਕਰਮਿੰਦਰੀਆਂ ਦੀ ਰੋਜ਼ ਰਾਜ ਦਰਬਾਰ ਲਗਾਓ ਅਤੇ ਉਹਨਾਂ ਦਾ ਹਾਲਚਾਲ ਪੁੱਛੋ ਕਿ ਕਿਹੜੇ ਕਰਮਚਾਰੀ ਓਪੋਜੀਸ਼ਨ ਵਿੱਚ ਤਾਂ ਨਹੀਂ ਓਪੋਜੀਸ਼ਨ ਤੋਂ ਨਹੀਂ ਕਰਦੇ ਸਨ ਸਾਰੇ ਕੰਟਰੋਲ ਵਿੱਚ ਸਨ ਜਿਹੜੇ ਮਾਸਟਰ ਸਰਵ ਸ਼ਕਤੀਵਾਨ ਸਨ ਉਹਨਾਂ ਨੂੰ ਇੱਕ ਵੀ ਕਰਮਿੰਦਰੀ ਕਦੇ ਵੀ ਧੋਖਾ ਨਹੀਂ ਦੇ ਸਕਦੀ ਸਟੋਪ ਆਖਿਆ ਮਾਣਾ ਸਟੋਪ ਹੋ ਜਾਣ ਅੱਜ ਦਾ ਸਲੋਗਨ ਹੈਗਾ ਸਮਾਤੇ ਸਾਰੀ ਸ਼ਕਤੀਆਂ ਨੂੰ ਕਾਰਜ ਵਿੱਚ ਲਗਾਣਾ ਹੀ ਮਾਸਟਰ ਸਰਵਸ਼ਕਤੀਵਾਣ ਬਣਨਾ ਸੰ ਸਮਾਤੇ ਸਾਰੀ ਸ਼ਕਤੀਆਂ ਨੂੰ ਕਾਰਜ ਵਿੱਚ ਲਗਾਣਾ ਅਯੋ ਮਾਸਟਰ ਸਰਵਸ਼ਕਤੀਵਾਣ ਬੰਨਾਈ ਓਮ ਸ਼ਾਂਤੀ